ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਲੈ ਕੇ ਹਾਜ਼ਰ ਹਾਂ ਬੰਗਿਆਂ ਤੋਂ ਇੱਕ ਖਾਸ ਖਬਰ। ਬੰਗਾ ਵਿਖੇ ਗੁਰਦੁਆਰਾ ਸਾਹਿਬ 'ਚ ਵਿਆਹ 'ਚ ਵਧਾਈ ਮੰਗਣ ਵਾਲੇ ਮੰਗਤਿਆਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਕਰਵਾਉਣ ਆਏ ਲਾੜੇ ਦੇ ਭਰਾ ਨੇ ਦੱਸਿਆ ਕਿ ਜਦੋਂ ਸਾਰੇ ਵਾਪਸ ਜਾਣ ਲੱਗੇ ਤਾਂ ਮੰਗਤਿਆਂ ਵੱਲੋਂ ਉਹਨਾਂ ਦੀ ਮਾਤਾ ਦੇ ਪਰਸ ਵਿੱਚੋਂ ਸੋਨੇ ਦਾ ਹਾਰ ਚੋਰੀ ਕਰ ਲਿਆ ਗਿਆ। ਬੰਗਾ ਦੇ ਗੁਰਦੁਆਰਾ ਸਾਹਿਬ ਵਿੱਚ ਅੱਜ ਆਨੰਦ ਕਾਰਜ ਕਰਨ ਤੋਂ ਬਾਅਦ ਲਾੜੇ ਦੀ ਮਾਤਾ ਹਰਜੀਤ ਕੌਰ ਦੇ ਪਰਸ ਵਿੱਚੋਂ ਮੰਗਣ ਵਾਲਿਆਂ ਵੱਲੋਂ ਤਿੱਖੀ ਛੁਰੀ ਮਾਰ ਕੇ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਲਾੜੇ ਦੇ ਭਰਾ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਬਰਾਤ ਲੁਧਿਆਣਾ ਤੋਂ ਲੈ ਕੇ ਆਏ ਹਨ ਤੇ ਜਦੋਂ ਗੁਰਦੁਆਰਾ ਸਾਹਿਬ ਵਿਖੇ ਆਨੰਦ ਕਾਰਜ ਕਰਨ ਤੋਂ ਬਾਅਦ ਵਾਪਸ ਜਾਣ ਲੱਗੇ ਤਾਂ ਵਧਾਈ ਮੰਗਣ ਵਾਲੇ ਮੰਗਤਿਆਂ ਵੱਲੋਂ ਉਹਨਾਂ ਦੀ ਮਾਤਾ ਦੇ ਪਰਸ ਵਿੱਚੋਂ ਸੋਨੇ ਦਾ ਹਾਰ ਚੋਰੀ ਕਰ ਲਿਆ ਗਿਆ, ਜਿਸ ਨਾਲ ਉਹਨਾਂ ਦਾ 1.5-2 ਲੱਖ ਦਾ ਨੁਕਸਾਨ ਹੋ ਗਿਆ। ਮੌਕੇ ਤੇ ਕੁਝ ਮੰਗਣ ਵਾਲਿਆਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੀ ਲਾੜੇ ਦੇ ਰਿਸ਼ਤੇਦਾਰਾਂ ਵੱਲੋਂ ਛਿੱਤਰ ਪਰੇਡ ਵੀ ਕੀਤੀ ਗਈ। ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ, ਪੁਲਿਸ ਨੇ ਮੰਗਤਿਆਂ ਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਾਈਟ ਹਾਂਜੀ, ਆਪਣਾ ਇੱਥੇ ਮੇਰੇ ਬ੍ਰਦਰ ਦੀ ਮੈਰਿਜ ਸੀਗੀ, ਅੱਜ ਆਪਣਾ ਆਨੰਦ ਕਾਰਜ ਨੂੰ ਆਏ ਸੀਗੇ ਜੀ, ਆਪਣਾ ਲੁਧਿਆਣੇ ਸ਼ਾਪਿੰਗ ਜੀ, ਚਰਨ ਕਮਲ ਸਾਹਿਬ ਗੁਰਦੁਆਰਾ ਸਾਹਿਬ ਆਏ ਸੀਗੇ ਤੇ ਐਂਟਰੈਂਸ ਤੇ ਆਪਣਾ ਫੁਟੇਜ ਦੇ ਵਿੱਚ ਤਾਂ ਕਲੀਅਰ ਵੈਸੇ ਸਪਸ਼ਟ ਨਹੀਂ ਹੋ ਪਾਇਆ ਕੀ ਹੋਇਆ ਕਿ ਨਹੀਂ। ਵੈਸੇ ਬੰਦੇ ਸੀਗੇ 4-5 ਜਿਹੜੇ ਸੀਗੇ ਆਪਣੇ ਇੱਥੇ, ਠੀਕ ਹੈ ਜੀ। ਵੈਸੇ 4-5 ਦੇ ਲਿੰਕ ਦੇ 2 ਖਿਸਕ ਗਏ, ਉਹ ਵਿੱਚ ਜਿਹਨੇ ਪਲੇਟ ਮਾਰ ਕੇ ਛੁਰੀ ਮਾਰ ਕੇ ਆਪਣਾ ਬੈਗ ਵਿੱਚ ਗਹਿਣੇ ਸੀ, ਜਵੈਲਰੀ ਸੀਗੀ ਕੁੜੀ ਦੀ, ਉਹ ਪੂਰਾ 1.5-2 ਲੱਖ ਦੇ ਕਰੀਬ ਸੀਗੇ ਜੀ। ਉਹ ਆਪਣੇ ਮਿਲੇ ਨੇ, ਇਸ ਟਾਈਮ ਕੈਮਰਾ ਫੁਟੇਜ ਚੈੱਕ ਕਰ ਲਿਆ, ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ। ਜੋ ਅੱਗੇ ਹੋਊਗਾ ਆਪਾਂ ਫੁਟੇਜ ਦੇਖ ਰਹੇ ਹਾਂ। ਮੰਮੀ ਦਾ ਨਾਮ ਹਰਦੀਪ ਕੌਰ ਜੀ, ਬ੍ਰਦਰ ਸਨੀ ਸਿੰਘ ਜਤਿੰਦਰਪਾਲ ਸਿੰਘ ਕਲੇ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ।